ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪਾਲ ਸਿੰਘ ਖਾਲਿਸਤਾਨੀ, ਅਕਾਲ ਖਾਲਸਾ ਦਲ ਦੇ ਮੀਤ ਪ੍ਰਧਾਨ। ਜੋ ਇਹ ਫੈਸਲਾ ਆਇਆ ਵਾ ਸਰਕਾਰ ਵੱਲੋਂ, ਵੈਸੇ ਤਾਂ ਮੈਂ ਕਾਂਗਰਸ ਨੂੰ ਚੰਗਾ ਨਹੀਂ ਸਮਝਦਾ, ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਬੜੇ, ਲੇਕਿਨ ਹਰ ਇਹ ਸਰਕਾਰ ਦੇ ਵਿੱਚ ਚੰਗੇ ਮਾੜੇ ਬੰਦੇ ਹੁੰਦੇ ਆ ਜੀ। ਤਾਂ ਪਹਿਲਾ ਸ਼ਖਸ ਆ ਜਿਹਨੇ ਕਾਂਗਰਸ ਦੇ ਵਿੱਚ ਰਹਿ ਕੇ ਕੋਈ ਚੰਗਾ ਕੰਮ ਕੀਤਾ ਵਾ, ਅਤੇ ਮੈਂ ਅਮਰਿੰਦਰ ਸਿੰਘ ਨੂੰ ਚਲੋ ਵਧਾਈ ਦਿੰਦਾ ਵਾ ਵੀ ਤੂੰ ਬਹੁਤ ਵਧੀਆ ਕੰਮ ਕੀਤਾ ਵਾ। ਅਤੇ ਵੈਸੇ ਉਹ ਖਾਲਿਸਤਾਨ ਦੀਆਂ ਵਧਾਈਆਂ ਲੈਂਦੇ ਨਹੀਂ, ਖਾਲਿਸਤਾਨੀਆਂ ਕੋਲ ਖਾਲਿਸਤਾਨੀਆਂ ਦੇ ਲਾਗੇ ਨਹੀਂ ਲੱਗਦਾ ਕੀ ਪਰ ਖਾਲਿਸਤਾਨ ਦੀ ਖਾਲਿਸਤਾਨੀ ਦੀ ਵਧਾਈ ਕਬੂਲਦਾ ਕਿ ਨਹੀਂ ਕਬੂਲਦਾ, ਇਹ ਤਾਂ ਵਾਹਿਗੁਰੂ ਜਾਣਦਾ ਵਾ। ਹੈ ਹੋਰ ਇੱਕ ਬੇਨਤੀ ਹੋ ਰਿਹਾ ਵੀ ਆਹ ਜਿਹੜਾ ਪ੍ਰਸ਼ਾਸਨ ਨੇ ਜਿਹੜਾ ਕੰਮ ਕੀਤਾ ਵਾ, ਪ੍ਰਸ਼ਾਸਨ ਨੇ ਇਹ ਵੀ ਸ਼ਲਾਘਾਯੋਗ ਆ ਵੀ ਚਲੋ ਕੱਲ੍ਹ ਜਾਂ ਪਰਸੋਂ ਬੱਚਿਆਂ ਨੂੰ ਛੱਡ ਦਿੱਤਾ ਜਾਏਗਾ। ਅਤੇ ਇਹ ਸਾਰਾ ਵੀ ਜੋ ਵੀ ਕੁਛ ਵੀ ਹੋਇਆ ਵਾ, ਇਹ 6 ਦਿਨ ਪਹਿਲਾਂ ਵੀ ਇਹੋ ਇਹ ਮੰਗ ਰੱਖੀ ਗਈ ਵੀ ਇਹਨਾਂ ਦੇ ਆਹ ਜਿਹੜਾ ਹੁਣ ਖੱਫਣ ਪਾਇਆ ਵਾ ਉਦੋਂ ਹੀ ਪਾ ਦਿਉ, ਪਰ ਇਹ ਉਦੋਂ ਮੰਨੇ ਨਹੀਂ ਆ, ਪਰ ਇਹਨਾਂ 6-7 ਦਿਨ ਸਾਨੂੰ ਲਮਕਾਉਣਾ ਸੀ। ਅਤੇ ਉਹ ਕੀ ਆਉਂਦੇ ਆ ਵੀ ਪਰਚਾ ਪਿਆ ਸਾਡੇ 'ਤੇ, ਉਹ ਪਰਚੇ ਦੇ ਵਿੱਚ ਖਾਲਸੇ ਨੇ ਪੂਰਾ ਕੇ ਇਹ ਸਤਿਗੁਰ ਦੀ ਕਿਰਪਾ ਹੀ ਆ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਤ ਹੈਗੀ ਆ। ਜੋ ਫੈਸਲਾ ਉਹ ਦੱਸ ਦਿਓ ਬੜਾ ਜਿਹਾ। ਫੈਸਲਾ ਇਹ ਹੋਇਆ ਵਾਹਿਗੁਰੂ ਜੀ ਵੀ ਇਹਦੇ 'ਤੇ ਤੁਹਾਡੇ ਸਾਹਮਣੇ ਵੇਲੇ ਉਹਨਾਂ ਖੱਫਣ ਦੇ ਵਾਜ ਦਿੱਤੇ ਦਿੱਤੇ, ਅਤੇ ਦੂਜੀ ਗੱਲ ਹੈ ਜਿਹੜੇ ਬੱਚੇ ਹੈਗੇ ਆ ਉਹਨਾਂ ਦੀ 307 ਲਾ ਕੇ ਅਤੇ ਉਹਨਾਂ ਨੂੰ ਬੱਚਿਆਂ ਨੂੰ ਰਿਹਾਅ ਕਰ ਦਿੱਤਾ ਜਾਏਗਾ। ਉਹਨਾਂ ਕੱਲ੍ਹ ਪਰਸੋਂ ਦੀ ਗੱਲ ਕੀਤੀ ਹੋਈ ਹੈ, ਕੱਲ੍ਹ ਪਰਸੋਂ ਦੇ ਵਿੱਚ ਹਾਂਜੀ ਕੱਲ੍ਹ ਪਰਸੋਂ ਤੱਕ ਉਹਨਾਂ ਰਿਹਾਅ ਕਰ ਦਿੱਤਾ ਜਾਏਗਾ ਬੱਚਿਆਂ ਨੂੰ, 2 ਦਿਨ ਦਾ ਸਮਾਂ ਲਿਆ ਵਾ। ਅਤੇ ਇਹ ਜਿਹੜੀ ਜਿੱਤ ਹੋਈ ਨਾ, ਇਹ ਸਾਰੇ ਜਿੰਨੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਫਿਰ ਜਿੱਤ ਹੋਈ ਆ, ਇਸ ਤਰ੍ਹਾਂ ਜੇ ਸਾਰੇ ਇਕੱਠੇ ਹੋ ਜਾਓਗੇ ਨਾ ਤਾਂ ਸਰਦਾਰ ਜੀ ਖਾਲਿਸਤਾਨ ਕੋਈ ਦੂਰ ਨਹੀਂ ਹੈਗਾ, ਵੱਟ 'ਤੇ ਪਿਆ ਇਹਨਾਂ ਤੁਹਾਨੂੰ ਪਰਾਤ ਚਪਾ ਕੇ ਦੇਣਾ ਵਾ। ਜੀ ਅੱਜ ਸਿੱਖ ਰਾਜ ਦੀ ਗੱਲ ਕੋਈ ਨਹੀਂ ਕਰਦਾ, ਜੇ ਖਾਲਿਸਤਾਨ ਦੀ ਕੋਈ ਗੱਲ ਕਰਦਾ ਵੀ ਆ ਤਾਂ ਉਹਦੇ ਪਜਾਮੇ ਖਿੱਚਣੇ ਸ਼ੁਰੂ ਕਰ ਦਿੰਦੇ ਆ ਵੀ ਤੂੰ ਕਿਉਂ ਗੱਲ ਕਰਦਾ, ਤਾਂ ਮੈਂ ਨਾ ਜੇ ਫਿਰ ਤਾਂ ਇੱਦਾਂ ਕਰ ਰਾਜ ਕਰੇ ਖਾਲਸਾ ਇਹ ਵੀ ਬੰਦ ਕਰ ਦਿਓ ਕਹਿਣਾ, ਜੇ ਤੁਹਾਨੂੰ ਇੰਨਾ ਜੇ ਉਹਦੀ ਖਾਲਿਸਤਾਨ ਤੁਹਾਡੇ ਮੂੰਹ 'ਤੇ ਨਹੀਂ ਆਉਂਦਾ ਆਪਣੇ ਰਾਜ ਦੀ ਨਹੀਂ ਤੁਸੀਂ ਗੱਲ ਕਰ ਸਕਦੇ, ਅਤੇ ਰਾਜ ਕਰੇਗਾ ਖਾਲਸਾ ਇਹ ਵੀ ਕਹਿਣਾ ਸਿੱਖ ਕੌਮ ਨੂੰ ਬੰਦ ਕਰ ਦੇਣਾ ਚਾਹੀਦਾ ਵਾ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਦੋਂ ਹਰਿਮੰਦਰ ਸਾਹਿਬ 'ਤੇ ਹਮਲਾ ਹੁੰਦਾ ਵਾ, ਜਦੋਂ ਹਰਿਮੰਦਰ ਸਾਹਿਬ 'ਤੇ ਹਮਲਾ ਹੁੰਦਾ ਤਾਂ ਉਦੋਂ ਕਹਿ ਕੇ ਸੀ ਜੇ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਖਾਲਿਸਤਾਨ ਬਣੇਗਾ। ਮੈਂ ਇੱਕ ਬੇਨਤੀ ਕਰਦਾ ਵਾਂ, ਜਾਂ ਤਾਂ ਸੰਤਾਂ ਦੇ ਇੰਨੀ ਗੱਲ ਕਹਿ ਦਿਓ, ਸਾਰੀ ਸਿੱਖ ਕੌਮ ਕਹਿ ਦੇ ਵੀ ਸੰਤ ਝੂਠ ਬੋਲ ਗਏ ਆ, ਅਸੀਂ ਉਹਨਾਂ ਦੇ ਬਚਨਾਂ 'ਤੇ ਨਹੀਂ ਚੱਲਦੇ, ਇੱਕ ਪਾਸੇ ਚੀਕਾਂ ਮਾਰ ਮਾਰ ਕੇ ਕਹਿੰਦੇ ਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲ 'ਤੇ ਵੀ ਸੋਚੇ ਪਹਿਰਾ ਦੇਣਗੇ ਠੋਕ ਕੇ, ਕਿਹੜਾ ਪਹਿਰਾ ਦੇਣ ਡਿਆ ਵੀ ਤੁਸੀਂ? ਮੈਂ ਸਾਰੀ ਸਿੱਖ ਸੰਗਤ ਨੂੰ ਪੁੱਛਦਾ ਕਿਹੜਾ ਪਹਿਰਾ ਦੇਣ ਡਿਆ ਵਾ ਤੁਸੀਂ? ਖਾਲਿਸਤਾਨ ਦੀ ਗੱਲ ਜੇ ਖਾਲਿਸਤਾਨ ਦੀ ਗੱਲ ਕਰਦੇ, ਸਾਡੇ ਲੀਡਰਾਂ ਦੇ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ, ਰੋਟੀਆਂ ਸੇਕਦੇ ਪਏ ਜੇ, ਤੁਸੀਂ ਕਿਉਂ ਮੁੰਡਿਆਂ ਨੂੰ ਜੇਲੇ ਭੇਜਦੇ ਪਏ ਜੇ? ਤੁਸੀਂ ਖੁੱਲ੍ਹ ਕੇ ਗੱਲ ਨਹੀਂ ਕਰਨੀ? ਮੈਂ ਇੱਕ ਬੇਨਤੀ ਕਰਦਾ ਵਾਂ ਸਾਰੀ ਸਿੱਖ ਕੌਮ ਨੂੰ, ਉਹ ਇਕੱਠੇ ਹੋ ਜਾਓ, ਆਹ ਤੁਹਾਨੂੰ ਇੱਕ ਸਬਕ ਹੈਗਾ ਜੀ ਇਕੱਠੇ ਹੋਣ ਦਾ, ਵੀ ਜਿੱਦਾਂ ਜਿੰਨੀਆਂ ਜਥੇਬੰਦੀਆਂ ਪੰਜਾਬ ਦੀਆਂ ਸਾਰੀਆਂ ਨੇ ਇੱਕਜੁੱਟ ਧਾ ਕੇ ਅਤੇ ਸਰਕਾਰ, ਅੱਜ ਤੁਸੀਂ ਸਰਕਾਰ ਲਈ ਤਖ਼ਤ ਹਿਲਾਇਆ ਵਾ, ਜੇ ਇਹ ਤਖ਼ਤ ਹਿੱਲ ਗਿਆ ਵਾ ਤਾਂ ਦਿੱਲੀ ਦਾ ਤਖ਼ਤ ਤੁਸੀਂ ਹਿਲਾਉਣ ਲੱਗਿਆ, ਦੇਰ ਨਹੀਂ ਜੇ ਲਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟ ਕੋਟ ਧੰਨਵਾਦ ਕਰਦਾ ਹਾਂ ਕਿ ਅਸੀਂ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਵਿਹੜੇ ਆ ਕੇ ਉਹਨਾਂ ਦੇ ਵਿਹੜੇ ਦੇ ਵਿੱਚ 22 ਤਰੀਕ ਤੋਂ ਲੈ ਕੇ ਅੱਜ ਤੱਕ ਅਸੀਂ ਇੱਥੇ ਧਰਨਾ ਲਾਇਆ ਹੈ। ਧਰਨਾ ਕਿਸ ਵਾਸਤੇ ਲਾਇਆ ਹੈ? ਸਾਡੇ ਮੱਥਿਆਂ ਨੂੰ, ਸਾਡੇ ਦਿਮਾਗ ਨੂੰ, ਸਾਡੇ ਢਿੱਡ ਨੂੰ ਬਲੂੰਦਰ ਦੀਆਂ ਇਹ ਜਿਹੜੀਆਂ ਮੂਰਤੀਆਂ ਲਾਈਆਂ ਗਈਆਂ ਸਨ ਜੀ, ਸਾਨੂੰ ਇਹ ਆਉਂਦੇ ਜਾਂਦੇ ਜਦੋਂ ਵੀ ਅਸੀਂ ਸਿੱਖ ਸਾਰੇ ਨਹੀਂ ਹੁੰਦੇ, ਸਿੱਖ ਉਹੀ ਆ। ਮਹਾਰਾਜ ਦੀ ਬਾਣੀ ਕਹਿੰਦੀ ਆ ਅੰਮ੍ਰਿਤ ਕੀ ਸਾਰ ਸੋਈ ਜਾਣਾ ਜੋ ਅੰਮ੍ਰਿਤ ਕਾ ਵਪਾਰੀ ਹੋਵੇ। ਠੀਕ ਹੈ ਜੀ,
ਇੱਥੇ ਜਿੰਨੀ ਸੰਗਤ ਬੈਠੀ ਸੀਗੀ ਅੰਮ੍ਰਿਤ ਦੇ ਵਪਾਰੀ ਸਨ ਜਿਹੜੇ ਸੰਗਤ ਦੇ ਵਿੱਚ ਬੈਠ ਕੇ ਜਿਨ੍ਹਾਂ ਨੇ ਇਸ ਮੋਰਚੇ ਨੂੰ ਫਤਿਹ ਕਰਵਾਇਆ ਜੀ। ਠੀਕ ਹੈ ਜੀ, ਇੱਥੋਂ ਨਹੀਂ ਤਾਂ ਅੰਮ੍ਰਿਤਧਾਰੀ ਗੁਰਸਿੱਖ ਲੱਖਾਂ ਨੰਗ ਹੈ ਸਾਡੇ ਸਾਹਮਣੇ, ਉਹ ਕੋਈ ਕਿਸੇ ਦੀ ਹਿੰਮਤ ਨਹੀਂ ਹੋਈ ਇੱਥੇ ਆ ਕੇ ਬਹਿਣ ਦੀ। ਫਿਰ ਜਾ ਕੇ ਅੰਮ੍ਰਿਤਧਾਰੀ ਗੁਰਸਿੱਖ ਪਿੰਡਾਂ ਦੇ ਵਿੱਚ ਜਾ ਕੇ ਦੇਖੋ, ਜਠੇਰਿਆਂ 'ਤੇ ਜਾਂਦੇ ਆ, ਜਾ ਕੇ ਉੱਥੇ ਕਹਿੰਦੇ ਆ ਸਾਡੀਆਂ ਸਾਡੇ ਪਿੰਡਾਂ ਵਿੱਚ ਜਠੇਰਾ ਜਾ ਕੇ ਪਹਿਲਾਂ ਜਠੇਰਿਆਂ ਤੋਂ ਆ ਕੇ ਪਤਾ ਕੀ ਕਹਿੰਦੇ ਆ, ਕਹਿੰਦੇ ਜੀ ਇਹ ਦੋਹਰਾ ਪੜ੍ਹਦੇ ਆ, ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਦੁਆਰ, ਉੱਚੀ ਉੱਚੀ ਪੜ੍ਹਦੇ ਆ ਸਗਲ ਦੁਆਰ ਕੋ ਛੱਡ। ਉਹ ਗਧਿਓ ਜਾ ਕੇ ਤਾਂ ਜਠੇਰਿਆਂ ਤੋਂ ਆਏ ਆ, ਸਿੱਧਾ ਕਹੋ ਵੀ ਬਾਬਾ ਸਾਰੇ ਦੁਆਰੇ ਘੁੰਮ ਕੇ ਆਇਆ ਤੇਰੇ ਦੁਆਰ, ਬਾਬਾ ਸਾਰੇ ਦੁਆਰੇ ਘੁੰਮ ਕੇ ਆਇਆ ਤੇਰੇ ਦੁਆਰ, ਸਗਲ ਦੁਆਰ ਕੋ ਛੱਡ ਕੇ ਗਿਓ ਤੁਹਾਰੋ ਦੁਆਰ। ਉਹ ਸਿੰਘੋ ਤੁਹਾਨੂੰ ਪੜ੍ਹਨੇ ਦੀ ਤੁਹਾਨੂੰ ਅਕਲ ਹੀ ਹੈ ਨਹੀਂ ਇਹ, ਵੀ ਗੁਰਦੁਆਰੇ ਸਾਹਿਬ ਜਾ ਕੇ ਅਸੀਂ ਕਿਹੜਾ ਦੋਹਰਾ ਪੜ੍ਹਨਾ, ਤੁਹਾਨੂੰ ਰੋਜ਼ ਸੁਣਾਈਦਾ ਕਾਹੂ ਲੈ ਪਾਹਨ ਪੂਜਤ ਰਿਹੋ, ਸਿਰ ਕਾਹੂ ਲੈ ਲਿੰਗਰੇ ਲਟਕਾਇਓ, ਕਾਹੂ ਲਖਿਓ ਵਾਚੀ ਦਿਸਾ ਮੈਂ, ਕਾਹੂ ਪਿਛਾ ਕੋ ਸੀਸ ਨਵਾਇਓ, ਕਹੂ ਬੁਤਾਨ ਕੋ ਪੂਜਤ ਹੈ ਪਸ, ਕਹੂ ਮਰਤਾਨ ਕੋ ਪੂਜਨ ਤਾਇਓ, ਕੂਰ ਕਿਰਿਆ ਔਰ ਜੋ ਸਭ ਹੀ ਜੱਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇੱਥੇ ਬੁੱਤਾਂ ਦੀ ਪੂਜਾ, ਇੱਥੇ ਬੁੱਤਾਂ ਦੇ ਸਾਹਮਣੇ ਆ ਕੇ ਅਸੀਂ ਇੱਥੇ ਬੁੱਤਾਂ ਦੇ ਸਾਹਮਣੇ ਆ ਕੇ ਬੱਚੇ ਸਾਡੇ ਵਿਗੜਦੇ ਆ, ਫੋਟੋਆਂ ਖਿਚਵਾਉਂਦੇ ਆ, ਫੋਟੋਆਂ ਖਿਚਵਾ ਕੇ ਮੇਰੇ ਜੋ ਇੱਥੇ ਸਾਡਾ ਦਰਬਾਰ ਸਾਹਿਬ, ਸਾਡੀ ਸਰਵਉੱਚ ਅਦਾਲਤ, ਸਾਡਾ ਸੁਪਰੀਮ ਕੋਰਟ, ਉੱਥੇ ਜਾ ਕੇ ਨੱਚਦੇ ਭੰਗੜਾ ਪਾਉਂਦੇ ਆ। ਹੈ ਸਾਡੇ ਦਿਲ ਕੀ ਕਰਦੇ ਆ ਉਸ ਵੇਲੇ, ਸਾਡੇ ਦਿਲਾਂ 'ਤੇ ਕੀ ਬੀਤੀ ਆ ਜਦੋਂ ਇਹ ਭੰਗੜਾ ਪਾਉਂਦੇ ਆ? ਫਿਰ ਸਾਡਾ ਦਿਲ ਤਾਂ ਕਰਦਾ ਭਈ ਕੀ ਕਰ ਦੇਈਏ, ਇਹ ਕੌ ਸਾਨੂੰ ਸਰਕਾਰ ਫੁੱਟਬਾਲ ਦੇ ਵਿੱਚ ਤਾਂ ਹਵਾ ਹੁੰਦੀ ਆ, ਭਰ ਭਰ ਕੇ ਦੇਖਦੀ ਆ ਕਿ ਇਹਨਾਂ ਵਿੱਚ ਹਵਾ ਹੈਗੀ ਕਿ ਨਹੀਂ ਹੈਗੀ, ਹਵਾ ਹੈਗੀ ਕਿ ਨਹੀਂ ਹੈਗੀ, ਬਾਰ ਬਾਰ ਵਧਾਈਆਂ ਦੇਈਏ ਅਤੇ ਹਾਂਜੀ ਸਾਰੀ ਸਿੱਖ ਕੌਮ ਨੂੰ ਲੱਖ ਲੱਖ ਵਧਾਈਆਂ ਹੋਣ ਜੀ, ਜਿਨ੍ਹਾਂ ਨੇ ਇਹ ਮੋਰਚਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਫਤਿਹ ਕਰਵਾਇਆ ਹੈ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਲੱਖ ਲੱਖ ਵਧਾਈਆਂ ਜੀ। ਬੋਲੇ ਸੋ ਨਿਹਾਲ।